बहुत जोर लाया, बहुत जोर लाया भाई। लोकेशन भी सोहनी बनी है। चलो आ जाओ करते हैं राइड एंजॉय, एक बारी कार ते करते हैं राइड एंजॉय, बाद दे विच आपां उधर कार पार्क करके थल्ले तुर के आवांगे इधर नू। की कहना जितेंद्र, सही रहूगा ना? हाँ, व्यू भी सोहना आएगा, सब तो वधिया, टाइम बहुत सोहना हो गया है, सनसेट हो गया है ना, नेड़े है, हुण पूरा इंजॉय करन दा मजा आना है, सही है। उधरले पासे मार्केट भी लग रही है मैनू बई, तुसीं कह रहे सी ना भुख लगी, भुख लगी, बहुत दूर आ गया। एक इनफॉर्मेशन आपां होर शेयर कर दे, इत्थे इत्थों 45 किलोमीटर रह जांदा डलौजी, जिहड़े डलौजी आउणगे उह काइंडली इत्थे नज़ारा लैके जाणा चाहुंदे आ तां वेख के जा सकदे आ। ਸਤਿ ਸ਼੍ਰੀ ਅਕਾਲ ਜੀ। ਉਹ ਇਹ ਜੰਪ ਕਰ ਰਿਹਾ, ਇਹਦਾ ਯਕੀਨ ਕਰੋ 6 ਇੰਚ ਜੰਪ ਕਰ ਰਿਹਾ ਹੈਗਾ, 6 ਨਹੀਂ ਤਾਂ 4 ਪੱਕਾ ਕਰ ਰਿਹਾ। ਆਪਾਂ ਨਾ ਇੱਕ ਚੀਜ਼ ਹੋਰ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਕਿ ਇਹਦੇ ਵਿੱਚ ਸ਼ੌਕਰ ਲਾਏ ਹੋਏ ਆ ਜਿਹੜਾ ਜੰਪ ਕਰ ਰਿਹਾ। ਮੈਂ ਸ਼ੁਰੂ ਵਿੱਚ ਗੱਲ ਕੀਤੀ ਨਾ ਵੀ 4 ਇੰਚ 6 ਇੰਚ ਜੰਪ ਕਰ ਰਿਹਾ, ਇਹ ਸ਼ੌਕਰ ਲੱਗੇ ਹੋਏ ਆ, ਇਹ ਹਰੇਕ ਖਿੱਚ ਦੇ ਨਾਲ ਲੱਗੇ ਹੋਏ ਆ ਸ਼ੌਕਰ। ਕਿਆ ਬਾਤ ਆ, ਇੱਥੇ ਇਹ ਬੋਟਿੰਗ ਕਰਾਉਂਦੇ ਹੈਗੇ, ਉਹ ਪੁਰਾਣੀਆਂ ਬੋਟਸ ਹੋਣਗੀਆਂ ਇਹਨਾਂ ਦੀਆਂ ਮੈਨੂੰ ਲੱਗਦਾ। ਸਹੀ ਤਾਂ ਹੈ ਆ, ਇਹਦਾ ਅਲੱਗ ਇੰਜੋਏ ਆ, ਇਹਦਾ ਇੰਜੋਏ ਤਾਂ ਠੀਕ ਆ ਯਾਰ। ਕਾਓਸ ਇਸ ਬਾਰੇ ਤੇਰਾ ਕੀ ਕਹਿਣਾ ਹੈਗਾ, ਇੰਨਾ ਸਰਕਾਰ ਨੇ ਪੈਸਾ ਲਾਇਆ, ਅਤਲ ਸੇਤੂ ਬਣਾਇਆ ਤੇ ਯਾਰ ਕਾਓਸ ਇਸ ਵੀ ਦਿੱਤਾ, ਤੇ ਕਾਓਸ ਇਸ ਗਿਆ ਕਿੱਧਰ ਬਈ? ਹੈਂ, ਇਹ ਵਿਚਾਲੇ ਯਾਰ, ਇਹਦਾ ਤਾਂ ਕੋਈ ਰੋਕ ਟੋਕ ਨਹੀਂ। ਕਿਆ ਬਾਤ ਆ ਯਾਰ, ਇਹ ਤਾਂ ਬਾਈ ਸਾਡੀਆਂ ਟੂਰਿਸਟ ਪਲੇਸਾਂ ਹੈਗੀਆਂ ਹੈਗੀਆਂ। ਕਿਆ ਬਾਤਾਂ, ਇਹ ਸਾਡੀ ਸੰਭਾਈ ਆ ਟੂਰਿਸਟ ਪਲੇਸਾਂ ਦੀ, ਹਿਸਟੋਰੀਕਲ ਪਲੇਸ ਆਪਾਂ ਕਿੱਥੇ ਸਾਂਭ ਸਕਦੇ, ਅਸੀਂ ਟੂਰਿਸਟ ਪਲੇਸ ਨਹੀਂ ਦੇਖ ਸਕਦੇ। ਹਾਂ ਜਤਿੰਦਰ, ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਆ ਜਾਓ ਆਪਾਂ ਹੌਲੀ ਹੌਲੀ ਤੁਰ ਚੱਲਦੇ, ਇਦੂਗਾ ਆਪਾਂ ਨੂੰ ਡਲਹੌਜੀ ਜਾਣ ਵਾਸਤੇ ਕਾਫੀ ਟਾਈਮ ਲੱਗ ਜਾਣਾ ਹੈਗਾ। 35 ਕਿਲੋਮੀਟਰ ਹੈਗਾ ਉੱਥੋਂ, 35। ਹਾਂ, ਤੁਹਾਨੂੰ ਟਾਈਮ ਲੱਗਣਾ ਜਾਣ ਲੱਗਿਆ। ਨਹੀਂ, ਤੁਸੀਂ ਕੀ ਕਹਿਣਾ ਕੀ ਚਾਹੋਗੇ ਇਸ ਪਲੇਸ ਬਾਰੇ? ਪਲੇਸ ਬਹੁਤ ਸੋਹਣਾ ਹੈਗਾ, ਬਹੁਤ ਵਧੀਆ ਲੱਗਾ, ਬੜੀ ਮਿਹਨਤ ਲਾ ਕਰਕੇ ਇਹਨੇ ਬਣਾਇਆ ਤੇ ਸਾਂਭ ਸੰਭਾਲ ਵੀ ਕੀਤੀ ਪ੍ਰੋਪਰਟੀ ਦੀ। ਹਾਂ, ਆਉਣਾ ਚਾਹੀਦਾ ਵੈਸੇ ਸਾਰਿਆਂ ਨੂੰ ਉੱਥੇ ਘੁੰਮਣ ਵਾਸਤੇ। ਠੀਕ ਆ, ਪਿਕਨਿਕ ਬਣਾਓ ਆਣ ਕੇ ਇੱਥੇ, ਬੋਟਿੰਗ ਵੀ ਕਰਨ ਵਾਸਤੇ ਬਹੁਤ ਵਧੀਆ ਵਾ। ਹਾਂ, ਨਹੀਂ ਆਪਾਂ ਬੋਟਿੰਗ ਕਰ, ਬੋਟਿੰਗ ਬੋਟਿੰਗ ਦਾ ਲਿਆ ਮੈਂ ਥੱਲੋ ਸ਼ਾਟ ਇੱਕ, ਪਰ ਆਪਾਂ ਹੁਣ ਟਾਈਮ ਜ਼ਿਆਦਾ ਹੋ ਗਿਆ, ਆਪਾਂ ਬੋਟਿੰਗ ਨਹੀਂ ਕੀਤੀ ਜਾਣੀ ਹੈ ਨਾ। ਨਹੀਂ, ਹੋਣ ਤਾਂ ਨਹੀਂ, ਕੁਝ ਹੋਣਾ ਹੁਣ ਆਪਾਂ ਸਟੇਅ ਕਰਾਂਗੇ, ਹੁਣ ਆਪਾਂ ਚੱਲਦੇ, ਥੋੜਾ ਟਾਇਰਡਨੈਸ ਵੀ ਹੋ ਗਈ, ਹਜੇ ਆਪਾਂ 45 ਕਿਲੋਮੀਟਰ ਜਾਣਾ ਜੇ ਡਲਹੌਜੀ ਸਟੇਅ ਕਰਨਾ। ਜੇ ਤੁਸੀਂ ਸੋਚ ਰਹੇ ਹੋ ਵੀ ਆਪਾਂ ਚੰਬਾ ਜਾ ਕੇ ਸਟੇਅ ਕਰੀਏ, ਅਗਲਾ ਜਿਹੜਾ ਆਪਣਾ ਸਟੇਸ਼ਨ ਹੈਗਾ ਵੀ ਆਪਾਂ ਸੱਚ ਪਾਸ ਬਾਰੇ ਜੇ ਕੱਲ ਨੂੰ ਜਾਣ ਬਾਰੇ ਸੋਚ ਰਹੇ ਆ, ਤੇ ਫਿਰ ਚੰਬਾ ਜਾਣ ਵਾਸਤੇ ਆਪਾਂ ਨੂੰ 75-80 ਕਿਲੋਮੀਟਰ ਮੈਨੂੰ ਲੱਗਦਾ ਇੱਥੋਂ ਪਊਗਾ। ਚੰਬੇ ਜਾ ਕੇ ਰੁਕ ਜਾਗੇ ਉੱਥੇ ਹੈ ਨਾ। ਹਾਂ ਚਲੋ, ਨਵੀਨ ਜੀ ਇੰਜੋਏ ਕਰ ਰਹੇ ਨੇ। ਹਾਂਜੀ ਨਵੀਨ, ਹਾਂਜੀ ਸਰ, ਕਿਆ ਬਾਤਾਂ, ਇੰਜੋਏ।